ਅੜੀ ਤੁਸੀਂ ਤੁਗਲਕਾਬਾਦ ਜੋ ਜੋ ਮੰਦਿਰ ਢਾਇਆ ਗਿਆ ਹੈ ਸਰਕਾਰ ਵੱਲੋਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਾਡੀ ਮੰਗ ਇਹ ਹੀ ਆ ਵੀ ਸਾਡਾ ਰਵਿਦਾਸ ਮੰਦਿਰ 600 ਸਾਲ ਪੁਰਾਣਾ ਸੀਗਾ ਜੀ, ਤੇ ਸਾਡਾ ਉਹ ਮੰਦਿਰ ਢਾਇਆ ਗਿਆ ਜੀ। ਸਾਡਾ ਮੰਦਿਰ ਜਿੱਦਾਂ ਢਾਇਆ ਉੱਤੇ ਸਾਡਾ ਮੰਦਿਰ ਬਣਨਾ ਚਾਹੀਦਾ ਜੀ। ਸਾਡਾ ਮੋਦੀ ਦਾ ਸਾਡਾ ਸੰਦੇਸ਼ ਜ਼ਰੂਰ ਪਹੁੰਚਾ ਦਿਓ, ਸਾਡਾ ਮੋਦੀ ਸਾਡਾ ਮੰਦਿਰ ਜਿੱਦਾਂ ਢਾਇਆ ਉੱਤੇ ਸਾਡਾ ਮੰਦਿਰ ਬਣਾਇਆ ਜਾਵੇ। ਮੋਦੀ ਨੂੰ ਦਿੱਲੀ ਦੀ ਮੰਦਿਰ ਕੋਈ ਨਹੀਂ ਦੱਸਦੇ, ਸਾਡਾ ਰਵਿਦਾਸ ਦਾ ਮੰਦਿਰ ਮੋਦੀ ਨੇ ਦੱਸਿਆ। ਜੇ ਸਾਡਾ ਮੋਦੀ ਨੇ ਸਾਡਾ ਸੰਦੇਸ਼ ਨਾ ਸੁਣਿਆ, ਅਸੀਂ ਸਾਡਾ ਸੰਘਰਸ਼ ਇੱਥੇ ਚੱਲੂਗਾ। ਅਸੀਂ ਦਿੱਲੀ ਵੀ ਜਾਵਾਂਗੇ, ਦਿੱਲੀ ਵੀ ਜਾਵਾਂਗੇ, ਅਸੀਂ ਆਪਣਾ ਉੱਥੇ ਆਪਣੇ ਨਾਕੇ ਲਾਵਾਂਗੇ, ਸਭ ਕੁਛ ਉੱਥੇ ਜੋ ਸਾਡੇ ਕੋਲ ਅਸੀਂ ਜਾਨਾਂ ਮਾਰਾਂਗੇ। ਅੱਜ ਸਾਡੇ ਸੰਵਿਧਾਨ ਅੱਗੇ ਸਾਡਾ ਸੰਵਿਧਾਨ ਬਦਲਿਆ, ਬਦਲਣਾ ਇਹਨ ਮੋਦੀ ਨੇ ਕਿਹਾ, ਹੁਣ ਸਾਡਾ ਦਿੱਲੀ ਦੇ ਮੰਦਿਰ ਢਾਉਣ ਲੱਗ ਪਏ। ਸਾਡਾ ਇੰਡੀਆ ਦੇ ਵਿੱਚ ਸਾਡਾ ਆਪਣੇ ਪੰਜਾਬ 'ਚ ਸਾਡਾ ਬਹੁਜਨ ਸਮਾਜ ਪਾਰਟੀ ਸਾਡੀ ਬਹੁਤ ਆ, ਪਰ ਇਹ ਸਭ ਤੋਂ ਸਾਨੂੰ ਧਮਕਾਉਂਦਾ ਆ, ਅਸੀਂ ਇਹਦੇ ਧਮਕਾਉਣ ਵਿੱਚ ਨਹੀਂ ਆਵਾਂਗੇ। ਅਸੀਂ ਆਪਣਾ ਮੰਦਿਰ ਜ਼ਰੂਰ ਬਣਾਵਾਂਗੇ, ਆਪਣਾ ਅਸੀਂ ਹੱਕ ਲੈ ਕੇ ਛੱਡਾਂਗੇ, ਸਾਨੂੰ ਹੱਕ ਸਾਡਾ ਸਾਨੂੰ ਚਾਹੀਦਾ ਆ, ਅਸੀਂ ਉਹ ਹੱਕ ਅਸੀਂ ਲੈ ਕੇ ਛੱਡਾਂਗੇ। ਬਸ ਅਸੀਂ ਸਾਨੂੰ ਹੋਰ ਸਾਡੀ ਕੋਈ ਮੰਗ ਨਹੀਂ ਹੈ, ਹੋਰ ਸਾਡੀ ਕੋਈ ਮੰਗ ਨਹੀਂ। ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ।